अस्सलाम वालेकुम व्यूअर्स, आज कणक उस प्रेक कर वेदे पाए हैं। कणक सर शर्मी बहुत ज्यादा है तो कुछ दी पई होसी ते आज ही कुछ स्प्रे कर वेदे पाए हैं। पानी लाए से लेकिन इतना बात तो गोर लथी है तो सारा पानी डू जड़ी बार रोनी अपना दिल चलाया से उन्हें वीडियो नहीं है बढ़ा सके थोड़ी जहाँ मसरूफियात की वजह तो इतना सारा पानी जाया था। जड़ी जड़ी स्प्रे करने पे वो तो कुछ दिखे नहीं है भाई, ये वाली स्प्रे करने पे फिलहाल कणक मैंने नल करवाने में नहीं है। माशाल्लाह जमा आई ठीक है, ये पानी तो एक 10% जिंक उठे रहे जमा एक बैग यूरिया दा दिता है हूँ एक स्प्रे करवाने पे बोरमोक्सिनल जमा मेटाफिन जमा बोरान बोरान दी ਉਹਦੇ ਨਾਲ ਇੱਥੇ ਸੀ ਕਿ ਜਿਹੜੇ ਸ਼ਗੂਫੇ ਬੜੇ ਸੀ ਹੁਣ ਉਹ ਯੱਕੇ ਦੇ ਯੱਕੇ ਫਲ ਤੇ ਆ ਸਨ ਜ਼ਾਹਿਰ ਆਤੀ ਸਨ ਤਾਂ ਗੁਲ ਬੁਰਾਨ ਨਾਲ ਅਪਲਾਈ ਕਰਵੇਂਦੇ ਪਏ। ਇਹ ਦੇਖੋ ਵੀ ਵਰ ਇੱਥੋਂ ਸਾਰਾ ਪਾਣੀ ਇਵੇਂ ਜ਼ਾਇਦ ਹੈ, ਇਵੇਂ ਦਾ ਪੇ ਸਾਡਾ ਇਤਨਾ ਜ਼ਿਆਦਾ ਪਾਣੀ ਜਿਹੜਾ ਸਾ ਇਹ ਗੁਲਾਏ ਉਹ ਇਸ ਇਤਨਾ ਜ਼ਿਆਦਾ ਜ਼ਾਇਦ ਹੈ ਜਿਹੜਾ ਪਲਾਟ ਸਾਰੇ ਤੋਂ ਇਹਦੇ ਯੱਕਾ ਪੈ ਗਏ ਨਾਲ ਜਿਹੜੀ ਖੁਰਾਕ ਉਗਰੀ ਤੀ ਸੀ ਨਾਲ ਉਹ ਹੀ ਨਾਲ ਇਹਦੇ ਵਿੱਚ ਲੁੜੀ ਆਈ ਹੈ। ਇਹ ਡੰਡ ਹੈ, ਇਹ ਕੱਟ ਲਾ ਫੁਹਾਰਾ ਥੱਲੇ ਵਹਿੰਦੇ ਪਏ ਲਾਓ ਵੀ ਫੁਹਾਰਾ। ਇਹ ਸਾਡਾ ਸਪਰੇ ਕਰਨ ਵਾਲਾ ਬੰਦਾ ਸਪਰੇ ਮੈਨ ਜੇ ਕੋ ਸਾਖ ਸੂ ਸਪਰੇ ਪੜ੍ਹਦੀ ਲਿਖੇ ਸੂ ਤੁਹਾਕੋ ਇਹਦੇ ਮੁਤਾਬਿਕ ਆਦਾ ਸਰ ਚਾਰ ਟੈਂਕੀਆਂ ਲਾਉਂ ਚਲੋ ਸਰ ਚਾਰ ਲੈਂਦੇ ਹਾਂ ਕਿਉਂਕਿ ਰਕਬਾ 6 ਕਨਾਲ ਹੈ ਜੇ ਸਪਰੇ ਥੀਂਦੀ ਪਈ ਹੈ। ਦਵਾਈ ਹੈ ਸੀ ਦਵਾਈ ਨਾਲ ਲਿਖਾਇਆ ਬਈ ਇਹ ਬਰਮੋਕਸ ਨਾਲ ਮੈਟਾਫਿਨ ਦਾ ਪਤਾ ਅਤੇ ਨਾਲ ਹੈ ਬੋਰਾਨ ਬੋਰਾਨ ਸਾਰੇ ਕੋਲ ਜਿਹੜੀ ਉਹ ਰਿਲੇਟਡ ਫਾਰਮੂਲੇਸ਼ਨ ਹੀ ਚੇ ਪਈ ਅਤੇ ਇਹਨਾਂ ਕੋਲ ਮਿਕਸ ਕਰੇ ਸੀ ਜਿਹੜਾ ਇਹ ਬੋਤਲ ਹੈ ਇਹ ਬੋਤਲ ਕੋ ਤੂੰ ਪਹਿਲੇ ਪਾਣੀ ਦਾ ਫੁੱਲ ਭਰ ਜਾ ਖੋਲ੍ਹ ਕੇ ਠੀਕ ਹੈ ਇੱਕੋ ਡੱਬੇ ਹੀ ਛੱਡ ਦੇ ਤਰੇ ਬੋਤਲਾਂ ਵਾਲਾ ਪਾਣੀ ਦਾ ਭਰ ਕੇ ਡੱਬੇ ਹੀ ਛੱਡ ਦੇ ਮਿਕਸ ਕਰ ਦੇ ਜਿਹੜੇ ਦੋ ਪੱਤੇ ਇੱਕ ਪੱਤਾ ਜਿਹੜਾ ਤਲਵਾ ਪਿਆ ਨਾ ਬੋਰੋ ਪਲੱਸ ਵਾਲਾ ਇਹ ਵਾਲਾ ਹਾਂ ਇਕੋ ਲੈਦਾ ਬੜੇ ਸੋ ਇਹ ਦੋ ਹਮੇ ਮਿਕਸ ਕਰ ਦੇ ਦੇਖ ਮੈਂ ਤੇਰਾ ਮਸਲੇ ਦਾ ਹੱਲ ਕਰ ਦਿੱਤਾ ਤੈਨੂੰ ਚਾਬੀ ਦੇਵਾਂ ਦੇਖੀ ਖੋਲ ਮੁਕੰਮਲ ਖੋਲ ਜਾ ਤੈਨੂੰ ਪਾਣੀ ਦਾ ਬਾਹਰ ਚਾਹੋ ਕੋ 100 CC ਆਉਂਦਾ ਪਾਣੀ 200 CC ਜਿਹੜਾ ਆਉਂਦਾ ਉਹ ਭਰ ਕੇ ਇੱਕ ਡੱਬੇ ਛੱਡ ਦੇ ਬਾਲਾ ਇੱਕ ਬੋਤਲ ਇੱਕ ਟੈਂਕੀ 'ਚ ਫਿਰ ਪਾਣੀ ਦਾ ਭਰੇ ਆ ਨਾ ਫੁੱਲ ਹੀ ਹਾਂਜੀ ਬੋਲਾ ਪਾਣੀ ਦਾ ਭਰ ਹਾਂ ਪਤਾ ਵੀ ਖੋਲ ਖਰਚਾ ਵੀ ਦੇਵੇ ਕਿੰਨੇ ਨਾਲ ਇੱਕ ਖੋਲ ਇਹ ਮੈਟਾਫਿਨ ਦੇ ਵਿੱਚ ਐਲਾਈਮੈਕਸ ਵਾਲਾ ਜ਼ਹਿਰ ਹੈ ਐਲਾਈਮੈਕਸ ਲੋਕ 800-900 ਰੁਪਏ ਦੀ ਪੂੜੀ ਕਹਿੰਦੇ ਹਨ ਉਹਦੇ ਕੋਲ ਬਿਹਤਰ ਹੈ ਮੈਟਾਫਿਨ ਤੁਸੀਂ ਇਸਤੇਮਾਲ ਕਰੋ ਕਹਿੰਦੇ ਦੀ ਇੰਪੋਰਟ ਪਹਿਲੇ ਉਤਨਾ ਭਰੇ ਥੋੜ੍ਹਾ ਜਿਹਾ ਜਿਹੜਾ ਪਾਣੀ ਉਹਦੇ ਖੁੱਟਦਾ ਹੈ ਤਾਂ ਕਿ ਪੂਰੀ ਥੀ ਵਜੇ ਇਹਦੇ ਕੋਲ ਸਰ ਪਾਣੀ ਦੇ ਮਿਲਣ ਨਾਲ ਇਹਦਾ ਰੰਗ ਕਿਹੋ ਠੀਕ ਹੈ ਵਾਈਟ ਕਲਰ ਬਿਲਕੁਲ ਇੱਕ 62 ਅਤੇ ਇੱਕ ਬਲਾ ਉੱਤੋਂ ਇਹ ਬੋਰਾਨ ਇਸਤੇਮਾਲ ਸੀ ਇੱਥੇ ਚੱਲਦੇ ਪਏ ਬੋਰਾਨ ਦੇ ਵਿੱਚ ਦੇਣੇ ਪਏ
250 ग्राम। ਇਹਦੇ ਵਿੱਚ ਕੋਈ ਕੱਟ ਛੱਟੀ ਮਾਰ ਚਾਹੀਏ ਕੋਈ ਚੰਗੀ ਤਰ੍ਹਾਂ ਵਿੱਚ ਰਲਾ ਚਾਵਲ ਇਹ ਪਾਉਣਾ ਪਈਦੇ। ਪਹਿਲੀ ਬੋਤਲ ਸੀ ਅਸਾਂ ਪੈਂਦੇ ਪਏ ਹਾਂ ਟੈਂਕੀ ਦੇ ਵਿੱਚ। ਠੀਕ ਠੀਕ ਆ ਬਸ ਇੱਕ ਕਰਕੇ ਰੱਖ ਦਿਓ। ਪਾਣੀ ਦੀ ਸਾਡੇ ਕੋਲ ਤਾਂ ਕਿੱਲਾ ਤੋਂ ਸਾਫ਼ ਪਾਣੀ ਆਉਂਦਾ ਕੋਈ ਨਹੀਂ, ਮਜ਼ਬੂਰੀ ਹੈ ਪਿੱਛੇ ਹੀ ਪਾਣੀ ਕੋਈ ਇਸਤੇਮਾਲ ਕਰਨੇ ਹੈ। ਵੈਸੇ ਤਾਂ ਇਹਨਾਂ ਵਾਸਤੇ ਸਾਫ਼ ਪਾਣੀ ਇਸਤੇਮਾਲ ਕਰਨਾ ਚਾਹੀਦਾ ਸਪਰੇਆਂ ਵਾਸਤੇ ਹਮੇਸ਼ਾ। ਕਿਹੜੇ ਕਿਹੜੇ ਇਸਤੇਮਾਲ ਹਨ ਉਹਦੇ ਇੱਥਾਂ ਵੀ ਪਤੂ ਸੇ ਫਲ ਮੇਂ ਕਾਰਬੋਹਾਈਡਰੇਟ ਤਰਸੀਲ ਕਰਨੇ ਕਾ ਏਜੈਂਟ ਹੈ ਕਿ ਬਦੌਲਤ ਯਾਸ਼ਦਾ ਖੁਰਾਕ ਪੌਦੋ ਕੋ ਗੈਰ ਜ਼ਰੂਰੀ ਬੜੋਤਰੀ ਕੀ ਬਜਾਏ ਨਏ ਫਲਦਾਰ ਸ਼ਾਖੋਂ ਫੂਲੋਂ ਫਲ ਔਰ ਬੀਜ ਕੇ ਲਈ ਇਸਤੇਮਾਲ ਹੋਤੀ ਹੈ। पत्तू में बनने वाली खुराक की तरसील फल की तरफ करता है जिससे फल की जिस्मत में इजाफा होता है। पौधों के बुने पत्ते का इलाज है, पैदावार में इजाफा करता है, क्वालिटी बेहतर करता है, खुराक का रुख जड़ों की तरफ करके उन्हें मजबूत बनाता है। ऐसे सारा ऐसा स्प्रे मैन मैदा पर भी चाड़ी चुटड़ दे पाए हैं। अपना पूरा आंदा पे बस ही मीटर दा मैं भाई ते जोड़ा छोड़ा ले कोई ना जित्था ये यो दिसी हुंदे ते ज्यादा यो कीतिया थोड़ा जिया सरमी।